ਮਾਸਟਰ ਕਿਡਰ ਯੂਨੀਅਨ ਚੈਨਲ ਦੇਖ ਰਹੇ ਸਾਰੇ ਹੀ ਦੋਸਤਾਂ ਦਾ ਚੈਨਲ ਤੇ ਸਵਾਗਤ ਹੈ। ਚੰਡੀਗੜ੍ਹ ਪੁਲਿਸ ਵੱਲੋਂ ਹੁਣੇ-ਹੁਣੇ ਇੱਕ ਬਹੁਤ ਵੱਡੀ ਅਪਡੇਟ ਹੈ ਜਿਹੜੀ ਉਹ ਆ ਰਹੀ ਹੈ ਕਿ ਚੰਡੀਗੜ੍ਹ ਪੁਲਿਸ ਦੇ ਵਿੱਚ ਕੌਨਸਟੇਬਲ ਦੀ ਇੱਕ ਵੱਡੀ ਭਰਤੀ ਜਿਹੜੀ ਉਹ ਅਨਾਉਂਸ ਹੋਈ ਹੈ। ਵੀਡੀਓ 'ਚ ਆਪਾਂ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ ਕਿ ਟੋਟਲ ਕਿੰਨੀਆਂ ਪੋਸਟਾਂ ਜਿਹੜੀਆਂ ਉਹ ਕੌਨਸਟੇਬਲ ਦੀ ਭਰਤੀ ਨਾਲ ਸੰਬੰਧਤ ਆਈਆਂ ਨੇ ਤੇ ਕਿੰਨੀ ਸਾਲ ਤੱਕ ਦੀ ਉਮਰ ਵਾਲੇ ਜਿਹੜੇ ਅਪਲਾਈ ਕਰ ਸਕਦੇ ਆ ਕਿਹੜੇ-ਕਿਹੜੇ ਕੈਟਾਗਰੀਆਂ ਦੀਆਂ ਕਿੰਨੀਆਂ ਪੋਸਟਾਂ ਨੇ ਕਿੰਨੇ ਤਰੀਕ 'ਤੇ ਅਪਲਾਈ ਕਰਨ ਦੀ ਲਾਸਟ ਹੈ। ਤੁਹਾਨੂੰ ਸਾਰੀ ਜਾਣਕਾਰੀ ਇਸ ਵੀਡੀਓ ਚ ਦੇਵਾਂਗੇ ਤੁਸੀਂ ਵੀਡੀਓ ਨੂੰ ਲਾਸਟ ਤੱਕ ਬਿਨਾਂ ਸਕਿੱਪ ਕੀਤੇ ਧਿਆਨ ਨਾਲ ਸੁਣਨਾ ਤੇ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਮਾਸਟਰ ਕਿਡਰ ਯੂਨੀਅਨ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਬਟਨ ਪ੍ਰੈਸ ਕਰਦੇ ਹੋ ਤਾਂ ਕਿ ਤੁਹਾਡੇ ਤੱਕ ਸਰਕਾਰੀ ਜੋਬ ਦੀ ਹਰ ਇੱਕ ਅਪਡੇਟ ਗਵਰਨਮੈਂਟ ਜੋਬ ਦੀ ਹਰ ਇੱਕ ਅਪਡੇਟ ਜਿਹੜੀ ਉਹ ਪਹੁੰਚਦੀ ਰਹੇ ਨਾਲ ਹੀ ਸਾਡਾ ਇੱਕ ਟੈਲੀਗ੍ਰam ਦਾ ਲਿੰਕ ਅਸੀਂ ਇਸ ਵੀਡੀਓ ਦੇ ਕਮੈਂਟ ਬਾਕਸ ਦੇ ਵਿੱਚ ਦੇਵਾਂਗੇ ਤੁਸੀਂ ਵੀਡੀਓ ਦੇ ਕਮੈਂਟਸ ਨੂੰ ਓਪਨ ਕਰਕੇ ਸਭ ਤੋਂ ਪਹਿਲੇ ਨੰਬਰ ਤੇ ਕਮੈਂਟ ਹੋਊਗਾ ਇੱਕ ਬਲੂ ਕਲਰ ਦਾ ਤੁਸੀਂ ਉਸ ਲਿੰਕ ਨੂੰ ਜੁਆਇਨ ਕਰ ਲਿਓ ਤੇ ਤੁਹਾਡੇ ਤੱਕ ਹਰ ਇੱਕ ਜਿਹੜੀ ਅਪਡੇਟ ਆ ਗਵਰਨਮੈਂਟ ਜੌਬ ਦੀ ਉਹ ਪਹੁੰਚਦੀ ਰਹੂਗੀ ਵੀਡੀਓ 'ਚ ਗੱਲਬਾਤ ਕਰਦੇ ਆਂ ਚੰਡੀਗੜ੍ਹ ਪੁਲਿਸ ਨਾਲ ਸੰਬੰਧਿਤ ਜੋ ਹੁਣੇ-ਹੁਣੇ ਇੱਕ ਐਡਵਰਟਾਈਜ਼ਮੈਂਟ ਜਾਰੀ ਹੋਈ ਹੈ ਕਿ ਚੰਡੀਗੜ੍ਹ ਪੁਲਿਸ ਡਿਪਾਰਟਮੈਂਟ ਦੇ ਵਿੱਚ ਕਾਂਸਟੇਬਲ ਦੀ ਜਿਹੜੀ ਭਰਤੀ ਉਹ ਅਨਾਉਂਸ ਹੋ ਚੁੱਕੀ ਹੈ ਆਪਾਂ ਤੁਹਾਨੂੰ ਉਸ ਐਡਵਰਟਾਈਜ਼ਮੈਂਟ ਬਾਰੇ ਸਾਰੀ ਜਾਣਕਾਰੀ ਦਿੰਦੇ ਆਂ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਇਹ ਜਾਣਕਾਰੀ ਸਾਰੇ ਸਾਥੀਆਂ ਤੱਕ ਜਿਹੜੀ ਉਹ ਪਹੁੰਚ ਸਕੇ ਜਿਵੇਂ ਕਿ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਕਿ ਚੰਡੀਗੜ੍ਹ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਵੱਲੋਂ ਪੰਜਾਬ ਜਿਹੜੀ ਪੁਲਿਸਰ ਡਿਪਾਰਟਮੈਂਟ ਵੱਲੋਂ ਇੱਕ ਐਡਵਰਟਾਈਜ਼ਮੈਂਟ ਜਾਰੀ ਹੋਈ ਹੈ ਐਡਵਰਟਾਈਜ਼ਮੈਂਟ ਫਾਰ ਦਾ ਪੋਸਟ ਆਫ ਦਾ ਕਨਸਟੇਬਲ ਇਸ ਐਡਵਰਟਾਈਜ਼ਮੈਂਟ ਦੀ ਜਿਹੜੀ ਟੋਟਲ ਜਿਹੜੀ ਆਨਲਾਈਨ ਐਪਲੀਕੇਸ਼ਨ ਆਰ ਅਨ ਇਵਾਈਟਡ ਫਾਰ ਦਾ ਡਾਇਰੈਕਟਰ ਰਿਕਰੂਟਮੈਂਟ ਆਫ 700 ਟੈਂਪੋਰਰੀ ਪੋਸਟਾਂ ਯਾਨੀ ਕਿ ਟੈਂਪੋਰਰੀ ਪੋਸਟਾਂ ਨੇ 700 ਕਨਸਟੇਬਲ ਦੀਆਂ ਫਾਰ ਗਰੁੱਪ ਸੀ ਇਨ ਦਾ ਪੇ ਸਕੇਲ ਆਫ ਦਾ ਸੈਂਟਰ ਪੇ ਸਕੇਲ ਲੈਵਲ ਆ 4 ਤਾ ਸੈਂਟਰ ਦੇ ਵਿੱਚ ਜਿਹੜੇ ਲੈਵਲ 4 ਦੇ ਪੇ ਸਕਿੱਲ ਦੇ ਅਕੋਰਡਿੰਗ ਇਹ 700 ਪੋਸਟ ਜਿਹੜੀ ਉਹ ਆ ਚੁੱਕੀ ਹੈ ਤੇ ਇਹਦੇ ਵਿੱਚ ਟੋਟਲ ਜਿਹੜੀਆਂ ਪੋਸਟਾਂ ਨੇ ਆਪਾਂ ਜੇਕਰ ਗੱਲ ਕਰੀਏ ਤਾਂ ਯੂਆਰ ਦੀਆਂ ਮੇਲ ਦੀਆਂ 178 ਪੋਸਟਾਂ ਫੀਮੇਲ ਦੀਆਂ 101 ਪੋਸਟਾਂ ਐਕ ਸਰਵਿਸਮੈਨ ਦੀਆਂ 45 ਪੋਸਟਾਂ ਯਾਨੀ ਕਿ ਟੋਟਲੇ ਦੇ ਵਿੱਚ 324 ਪੋਸਟਾਂ ਨੇ ਬੀਸੀ ਕੈਟਾਗਰੀ ਨਾਲ ਸੰਬੰਧਿਤ 104 ਪੋਸਟਾਂ ਮੇਲ ਦੀਆਂ 60 ਪੋਸਟਾਂ ਫੀਮੇਲ ਦੀਆਂ 21 ਪੋਸਟਾਂ ਐਕ ਸਰਵਿਸਮੈਨ ਦੀਆਂ ਤੇ 185 ਪੋਸਟਾਂ ਬੀਸੀ ਕੈਟਾਗਰੀ ਦੇ ਨੇ एससी कैटेगरी ਦੇਆਂ 72 ਪੋਸਟਾਂ ਮੇਲ ਦੀਆਂ ਫੀਮੇਲ ਦੀਆਂ 40 ਤੇ 18 ਐਕ ਸਰਵਿਸਮੈਨ ਦੀਆਂ ਟੋਟਲ 130 ਪੋਸਟਾਂ ایਡਬਲੂ ਐਸ ਦੀਆਂ ਇਹਦੇ ਵਿੱਚ ایਡਬਲੂ ਐਸ ਦੀਆਂ 39 ਪੋਸਟਾਂ ਮੇਲ ਦੀਆਂ ਫੀਮੇਲ ਦੀਆਂ 22 ਪੋਸਟਾਂ ਤੇ ਟੋਟਲ 61 ਪੋਸਟਾਂ ਨੇ ਜੇਕਰ ਆਪਾਂ ਟੋਟਲ ਗੱਲ ਕਰੀਏ ਮੇਲ ਦੀਆਂ 393 ਪੋਸਟਾਂ ਫੀਮੇਲ ਦੀਆਂ 223 ਪੋਸਟਾਂ ਐਕ ਸਰਵਿਸਮੈਨ ਦੀਆਂ 84 ਪੋਸਟਾਂ ਤੇ ਟੋਟਲ ਜਿਹੜੀ ਪੋਸਟਾਂ ਦੀ ਗਿਣਤੀ ਆ ਉਹ 700 ਆ ਜਾਨੀ ਕਿ 700 ਕਨਸਟੇਬਲ ਦੀ ਇੱਕ ਬਹੁਤ ਵੱਡੀ ਭਰਤੀ ਜਿਹੜੀ ਉਹ ਚੰਡੀਗੜ੍ਹ ਪੁਲਿਸ ਵੱਲੋਂ ਅਨਾਉਂਸ ਹੋ ਚੁੱਕੀ ਹੈ ਜਿਸ ਦੇ ਕਿ ਪੇਪਰ ਦੀ ਤਰੀਕ ਵੀ ਮੈਂਸ਼ਨ ਕੀਤੀ ਹੈ ਜਿਹੜਾ ਤੁਸੀਂ ਡੇਟ ਆਫ ਆਫ ਪਬਲਿਕੇਸ਼ਨ ਆਫ ਦਾ ਜਿਹੜਾ ਐਡਵਰਟਾਈਜ਼ਮੈਂਟ ਹੈ ਉਹ 25 ਜਾਨੀ ਕਿ ਅੱਜ ਤੋਂ ਇਹ ਸਟਾਰਟ ਹੈ 25 2023 ਤੋਂ ਓਪਨਿੰਗ ਡੇਟ ਆਫ ਦਾ ਸਬਮਿਸ਼ਨ ਆਫ ਅ ਸਬਮਿਸ਼ਨ ਆਫ ਦਾ ਆਨਲਾਈਨ ਅਪਲੀਕੇਸ਼ਨ ਤਾਂ ਤੁਸੀਂ 27 5 2023 ਤੋਂ ਜਿਹੜਾ ਓਪਨਿੰਗ ਇਹਦੀ ਕਰ ਸਕਦੇ ਹੋ ਕਲੋਜ਼ਿੰਗ ਡੇਟ ਆ ਜਿਹੜੀ ਉਹ ਹੋ ਹੈਗੀ ਆ 26 17 6 2023 ਜਾਨਕਿ 17 ਜੂਨ 2023 ਤੱਕ ਤੁਸੀਂ ਆਨਲਾਈਨ ਐਪਲੀਕੇਸ਼ਨ ਜਿਹੜਾ ਦੇ ਸਕਦੇ ਹੋ ਆਪਣੀ ਤੇ ਇਹਦਾ ਰਿਟਰਨ ਐਗਜ਼ਾਮ ਦੀ ਡੇਟਾ 23 7 23 ਜੁਲਾਈ 2023 ਰਿਟਰਨ ਐਗਜ਼ਾਮ ਦੀ ਜਿਹੜੀ ਡੇਟ ਹੈ ਇਹਦੀ ਸਾਰੀ ਡਿਟੇਲ ਆਪਣੇ ਕੋਲੇ ਆ ਚੁੱਕੀ ਹੈ ਤੇ ਆਪਾਂ ਇਹਦੇ ਬਾਰੇ ਤੁਹਾਨੂੰ ਇੱਕ ਹੋਰ ਵੀਡੀਓ ਪਾ ਕੇ ਸਾਰੀ ਜਾਣਕਾਰੀ ਦੇ ਦਾਂਗੇ ਕਿ ਟੋਟਲ ਜਿਹੜੀ ਫੀਸ ਉਹ ਕਿੰਨੀ ਹੈ ਤੇ ਕਿੰਨੇ ਸਾਲਾਂ ਤੱਕ ਇਹਦੇ ਅਲੇ ਦੇ ਵਿੱਚ ਅਪਲਾਈ ਕਰ ਸਕਦੇ ਆ ਕਿਉਂਕਿ ਫੁੱਲ ਜਿਹੜੀ ਐਪਲੀਕੇਸ਼ਨ ਜਿਹੜੀ ਐਡਵਰਟਾਈਜ਼ਮੈਂਟ ਆ ਆਪਣੇ ਕੋਲੇ ਪਹੁੰਚ ਚੁੱਕੀ ਆ ਫਿਲਹਾਲ ਦੇ ਲਈ ਤੁਹਾਨੂੰ ਆਪਾਂ ਇਹੀ ਅਪਡੇਟ ਦੇਣੀ ਸੀ ਕਿ 700 ਪੋਸਟ ਹੈ 20 ਤਰੀਕ ਇਹਦੀ ਅਪਲਾਈ ਕਰਨ ਦੀ ਆ ਓਪਨਿੰਗ ਡੇਟ ਆ 27 ਤਰੀਕ ਤਾਂ ਲਾਸਟ ਡੇਟ ਆ 17 6 17 ਜੂਨ ਤੇ ਜਿਹੜਾ ਆਨਲਾਈਨ ਇਹਦਾ ਪੇਪਰ ਹੋਣਾ ਜਿਹੜਾ ਐਗਜ਼ਾਮ ਦੀ ਡੇਟ ਹੈਗੀ ਆ 23 7 ਯਾਨੀ ਕਿ 23 ਜੁਲਾਈ ਐਗਜ਼ਾਮ ਦੀ ਡੇਟ ਆ ਟੋਟਲ 700 ਪੋਸਟ ਹੈ ਇਹ ਸਾਰੀ ਜਾਣਕਾਰੀ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਤੇ ਚੈਨਲ ਤੇ ਬਣੇ ਰਹੋ ਕਿਉਂਕਿ ਆਪਾਂ ਨੈਕਸਟ ਵੀਡੀਓ ਦੇ ਵਿੱਚ ਤੁਹਾਨੂੰ ਸਾਰੀ ਡਿਟੇਲ ਦੱਸਾਂਗੇ ਕਿ ਕਿਹੜੀ ਏਜ ਤੱਕ ਕਿੰਨੀ ਏਜ ਤੱਕ ਤੁਸੀਂ ਅਪਲਾਈ ਕਰ ਸਕਦੇ ਹੋ ਤੇ ਕਿਹੜੀ ਇਹਦੀ ਇਹਦੇ ਵਾਸਤੇ ਸਟੱਡੀ ਕਿਹੜੀ ਚਾਹੀਦੀ ਹੈ ਥੈਂਕ ਯੂ ਸੋ ਮੱਚ